कुछ महीने पहला अमृतसर के मेहता नज़दीक ही एक अजिहा दिल दहला देने वाला मामला सामने आया कि जिसनू देख के हर एक व्यक्ति की चीख निकल पैंदी। इस हादसे विच दो सके भरावां दी टिप्पर हेठ आउण नाल विचों कट जाण मौत हो गई। मौत होने तो बाद पुलिस मामला तो दर्ज किया लेकिन अज तक पुलिस ने आरोपियों को गिरफ्तार नहीं किया, जिस तो बाद पुलिस की कार्रवाई तो नाखुश पीड़ित परिवार अज अमृतसर एस एस पी दिहाती दफ्तर एस एस पी मिलन पहुंचा और आरोपियों खिलाफ कार्रवाई की मांग कर पहुंचा। अमृतसर तो गुरप्रीत सिंह की रिपोर्ट, लाइव भारत। ਅਸੀਂ ਭਾਅ ਜੀ ਸਾਡੇ ਨਾ ਮੇਰੇ ਜੀਜਾ ਜੀ ਲੱਗਦੇ ਸੀ, ਉਹ ਡਿਊਟੀ 'ਤੇ ਜਾ ਰਹੇ ਸੀ ਬਟਾਲੇ ਤੋਂ ਚੰਡੀਗੜ੍ਹ ਵਾਸਤੇ ਜੀ। ਇਹ ਸਰ ਟਿੱਪਰ ਵਾਲਾ ਮਗਰੋਂ ਆ ਰਿਹਾ ਸੀ ਜੀ, ਅਤੇ ਉਹ ਟਿੱਪਰ ਵਾਲੇ ਨੇ ਉੱਪਰ ਚੜ੍ਹਾ ਤਾ, ਨਾਲ ਉਹਨਾਂ ਦੇ ਬ੍ਰਦਰ ਸੀ ਛੋਟੇ ਜੀ, ਅਤੇ ਦੋਨੋਂ ਬ੍ਰਦਰ ਸੀ। ਟਿੱਪਰ ਵਾਲੇ ਨੇ ਉੱਪਰ ਚੜ੍ਹਾ ਕੇ ਅਤੇ ਦੋਨਾਂ ਦੀ ਮੌਤ ਹੋ ਗਈ ਇੱਥੇ ਮੌਕੇ 'ਤੇ ਜੀ। 6 ਮਹੀਨੇ ਹੋ ਗਏ ਸਰ, ਦਸੰਬਰ ਦੀ 14 ਤਰੀਕ ਨੂੰ ਐਕਸੀਡੈਂਟ ਹੋਇਆ, 6 ਮਹੀਨੇ ਹੋ ਗਏ, ਸਾਡੀ ਕੋਈ ਸੁਣਵਾਈ ਨਹੀਂ ਕਰਦਾ ਪਿਆ ਜੀ। ਅਸੀਂ ਮਹਿਤੇ ਥਾਣੇ ਜਾਂਦੇ ਹਾਂ, ਉਹ ਸਾਨੂੰ ਕਹਿ ਦਿੰਦੇ ਆ ਕਿ ਇੱਥੇ ਬੰਦੇ ਹੈ ਨਹੀਂ ਆ, ਅਤੇ ਬੰਦੇ ਲਾ ਦਿਓ। ਦੇਖੋ ਸਰ, ਅਸੀਂ ਮੁਲਾਜ਼ਮ ਅਸੀਂ ਤਾਂ ਲਾਉਣੇ ਨਹੀਂ ਆ, ਇਹ ਤਾਂ ਸਰਕਾਰ ਦਾ ਕੰਮ ਆ ਜਾਂ ਐਸ ਐਸ ਪੀ ਸਾਹਿਬ। ਇਹ ਸਰ ਮਹਿਤੇ ਤੋਂ ਥੋੜ੍ਹਾ ਜਿਹਾ 2-3 ਕਿਲੋਮੀਟਰ ਅੱਗੇ ਜਾ ਕੇ ਹੋਇਆ ਸੀ। ਮਾਮਲਾ ਦਰਜ ਕੀਤਾ ਗਿਆ ਪੁਲਿਸ ਵੱਲੋਂ? ਹਾਂਜੀ ਜੀ। ਕਾਰਵਾਈ ਕਿਉਂ ਨਹੀਂ ਕਰ ਰਹੀ? ਕਾਰਵਾਈ ਸਰ ਜਾਂ ਤਾਂ ਉਹਨਾਂ ਨੇ ਕੁਛ ਤੁਹਾਨੂੰ ਪਤਾ ਲੈ ਦੇ ਕੇ ਕਰਦੇ, ਜਿੱਦਾਂ ਅੱਜ ਕੱਲ੍ਹ ਪੈਸੇ ਪੂਸੇ ਲੈ ਕੇ ਵੀ ਛੱਡਤਾ, ਅਤੇ ਡਰਾਈਵਰ ਵੀ ਨਹੀਂ ਖੜਿਆ ਹੈਗਾ, ਗੱਡੀ ਵੀ ਛੱਡਤੀ, ਡਰਾਈਵਰ ਵੀ ਛੱਡਤਾ। ਇਹ ਸਰ ਹੋਣੇ ਕਹਿੰਦੇ ਕਿ ਸਾਨੂੰ 15 ਕੁ ਮਿੰਟ ਦਿਓ, ਤੁਹਾਨੂੰ ਮੈਂ ਦੱਸਦਾ ਕੀ ਕਾਰਵਾਈ ਕੀਤੀ ਉਹਨਾਂ ਨੇ, ਕੀ ਹੋਈ ਆ, ਅਤੇ ਹੁਣ ਵੇਟ ਕਰਦੇ। 1/2 ਘੰਟਾ ਹੋ ਗਿਆ, ਸਾਹਿਬ ਨੇ ਅਜੇ ਬੁਲਾਇਆ ਨਹੀਂ ਸਾਨੂੰ ਅੰਦਰ, ਅਤੇ ਜਦੋਂ ਬੁਲਾਉਂਦੇ ਫਿਰ ਤੁਹਾਨੂੰ ਦੱਸਦੇ ਹਾਂ ਆਪਾਂ ਕੀ ਕਹਿੰਦੇ। ਇੱਥੋਂ ਵੀ ਇਨਸਾਫ ਨਹੀਂ ਮਿਲਦਾ ਫਿਰ ਕੀ ਕੀਤਾ ਜਾਵੇ? ਸਰ ਜੇ ਇਨਸਾਫ ਨਾ ਮਿਲਿਆ ਫਿਰ ਅਸੀਂ ਦੇਖਦੇ ਕਿੰਨੇ ਦਿਨ ਦਿੰਦੇ ਨੇ, ਉਸ ਤੋਂ ਬਾਅਦ ਸਾਰੇ ਇੱਥੇ ਆਣ ਕੇ ਧਰਨਾ ਲਾਵਾਂਗੇ ਅਤੇ ਆਪਣੇ ਆਪ ਨੂੰ ਇੱਥੇ ਫਿਰ ਅਸੀਂ ਪ੍ਰਦਰਸ਼ਨ ਕਰਾਂਗੇ। ਅਸੀਂ ਮਰੇ ਤਾਂ ਹੈਗੇ ਹੀ ਆ ਸਰ ਅੱਗੇ, ਅਤੇ ਅਸੀਂ ਵੀ ਫਿਰ ਆਪਣੇ ਆਪ 'ਤੇ ਤੇਲ ਪਾ ਕੇ ਅਤੇ ਫਿਰ ਇੱਥੇ ਮਰਾਂਗੇ ਸਾਰੇ। ਕੀ ਗੱਲ ਹੋਈ? ਮੇਰਾ ਪੁੱਤ ਨਰਿੰਦਰ ਕੌਰ ਨਾਮ। ਅਤੇ ਕੀ ਮਸਲਾ ਹੋਇਆ ਤੁਸੀਂ ਐਸ ਐਸ ਪੀ ਨੂੰ ਮਿਲਣ ਆਏ, ਕੀ ਕਾਰਨ ਹੈ? ਕਾਰਨ ਅਸੀਂ ਇਹ 2 ਬੇਟੇ ਮੇਰੇ ਅਫਸਰ ਹੀ ਜੀ, ਉਹ ਆਪਣੀਆਂ ਡਿਊਟੀਆਂ 'ਤੇ ਚੱਲੇ ਜੀ, ਅਤੇ ਟਿੱਪਰ ਵਾਲੇ ਨੇ ਚੜ੍ਹਾ ਤੇ ਪਿੱਛੋਂ, ਉਹਨੂੰ ਕੀ ਨਹੀਂ ਹੁੰਦੀ ਦਾ ਜੀ, ਪਿੱਛੋਂ ਮੇਰੇ ਬੱਚੇ ਜਾਣ ਡੇ ਅਤੇ ਨਸ਼ੇ 'ਚ ਹੀ ਇੱਕ ਦੋਜੀ ਨੇ ਵੇਖਿਆ, ਆਉਂਦਾ ਇਹਨੇ ਭੈਣ ਚੋਦ ਨੇ ਜਾਂ ਮਾਰਨਾ ਕਿ ਇਹਨੂੰ ਤਾਂ ਜਾਂ ਮਰੂ, ਦੋਜੀ ਲੰਘ ਗਿਆ ਵਿਚਾਰਾ ਅਤੇ ਇਹਨਾਂ ਦੇ ਉੱਤੇ ਚੜ੍ਹ ਗਿਆ ਜੀ। ਅਤੇ ਹੁਣ ਐਸ ਐਸ ਪੀ ਸਾਹਿਬ ਨੂੰ ਮਿਲ ਕੇ ਆਏ, ਕੀ ਮੰਗ ਮਿਲੀ ਹੈ? ਕੀ ਮੰਗ? 5 ਦਿਨ ਦਿੱਤੇ ਹੀ ਜੀ। ਤੇਲ ਪਾ ਕੇ ਤੇ ਜਾਂ ਉਹਦੀਆਂ ਗੱਡੀਆਂ ਮੈਨੂੰ ਪਤਾ ਲੱਗੇ ਉੱਥੇ ਮੈਂ ਹਾਜ਼ਰ ਹੋਊਂਗੀ। ਮੇਰੇ ਬੱਚੇ ਕਿਤੇ ਮੂਲੀਆਂ ਗਾਜਰਾਂ ਤੋੜੀ, ਮੰਮੀ ਤੇ ਕਿਤੇ ਮਿਹਨਤ ਕਰ ਕਰ ਪੜਾਏ ਹੈਗੇ, ਕਿੱਥੇ ਮੈਂ ਅਫਸਰ ਬਣਾਏ ਹੈਗੇ, ਇਹ ਕਹਿੰਦੇ ਅਫਸਰ ਨੇ ਲੰਘਣਾ, ਮੇਰੇ ਬੱਚੇ ਨਹੀਂ ਅਫਸਰ। ਤੁਹਾਨੂੰ ਮਿਲੇ ਸਹੀ ਤਰੀਕੇ ਨਾਲ ਐਸ ਐਸ ਪੀ ਕਿ ਨਹੀਂ ਮਿਲੇ? ਅੱਜ ਦੇ ਮਿਲੇ ਸਹੀ ਤਰੀਕੇ ਨਾਲ ਨਹੀਂ ਮਿਲੇ ਆ, ਉਹਨਾਂ ਦੇ ਬੋਲਿਆ ਵੀ 5 ਦਿਨ ਦਿਓ ਤੁਸੀਂ। ਠੀਕ ਹੈ। ਮੇਰੇ ਘਰ ਵਾਲੇ ਦੇ ਅਤੇ ਮੇਰਾ ਦੇਰ ਜਾਣ ਡਿਆ ਸੀ ਚੰਡੀਗੜ੍ਹ, ਇਹਨਾਂ ਨੂੰ ਟਿੱਪਰ ਵਾਲਿਆਂ ਨੇ ਪਿੱਛੋਂ ਚੜ੍ਹਾਇਆ ਟਿੱਪਰ, ਬਾਅਦ 'ਚ ਕੋਈ ਕਾਰਵਾਈ ਨਹੀਂ ਮਹਿਤੇ ਵਾਲਿਆਂ ਵੱਲੋਂ ਹੋਈ, ਮਗਰੋਂ ਸਾਨੂੰ ਕਹਿੰਦੇ ਸਾਨੂੰ ਮੁਲਾਜ਼ਮ ਦੇ ਦਿਓ ਅਤੇ ਅਸੀਂ ਕਾਰਵਾਈ ਕਰਦੇ ਹਾਂ ਅੱਗੇ, ਅਤੇ ਹੁਣ ਅਜੇ ਤੱਕ ਕੋਈ ਨਹੀਂ, 6 ਮਹੀਨਾ ਸ਼ੁਰੂ ਹੋ ਗਿਆ, ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ। ਕਿਸ ਤਰੀਕੇ ਦੀ ਕਾਰਵਾਈ ਦੀ ਮੰਗ ਕਰਦੇ? ਕਾਰਵਾਈ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ, ਕੇਸ ਲੱਗਣਾ ਚਾਹੀਦਾ, ਕੋਈ ਉਹਨਾਂ ਨੇ ਟੂ ਕੋਡ ਨਹੀਂ ਕੀਤਾ ਅਜੇ ਤੱਕ, 6 ਮਹੀਨਾ ਚੱਲ ਗਿਆ ਵਾ ਅਤੇ ਟੂ ਕੋਡ ਨਹੀਂ ਹੋਇਆ ਅਜੇ ਤੱਕ, ਕੇਸ ਲੱਗਾ ਬੰਦਿਆਂ ਦਾ ਟਿੱਪਰ, ਉਹਨਾਂ ਮੌਕੇ 'ਤੇ ਫੜਿਆ ਗਿਆ ਟਿੱਪਰ, ਬੰਦਿਆਂ ਦਾ ਵੀ ਪਤਾ ਵਾ, ਪੁਲਿਸ ਵਾਲਿਆਂ ਨੂੰ ਥਾਣੇ ਵਾਲਿਆਂ ਨੂੰ ਸਭ ਨੂੰ ਪਤਾ ਵਾ, ਪਰ ਹੁਣ ਜੇ ਕਾਰਵਾਈ ਹੋਊਗੀ ਤਾਂ ਫਿਰ ਪਤਾ ਚੱਲੂਗਾ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ। ਆਤਮ ਹੱਤਿਆ ਕਰਾਂਗੇ।